पिछले लंबे समय तो बेरोजगार अध्यापक अपनिया हकी मंगा दे लई पंजाब सरकार खिलाफ प्रदर्शन करते नजर आ रहे ने। सिक्ख्या मंत्री प्रगट सिंह दी रिहायश बाहर मुड़ तो अध्यापक दे वलों प्रदर्शन किया गया। इस दौरान अध्यापक ते पुलिस मुलाजम आपस दे विच धक्का मुक्की हुंदे वी दिखाई दिते। इन्हां बेरोजगार अध्यापक दे वलों रोस जताया गया कि कैप्टन ते विजेंद्र सिंगला दी जोड़ी वांग नवे मुख्यमंत्री चरणजीत सिंह चन्नी अते सिक्ख्या मंत्री प्रगट सिंह दे वादे भी बेरोजगार बीएड टेट पास अध्यापक दे लई लारे साबित हो रहे ने। इस दे नाल ही इन्हां अध्यापक दा होर की कहना आओ सुनदे हां। सारा से बी एड टेट पास अध्यापक यूनियन पंजाब जो के पौने पांच साल तो ही सड़कां ते रुल रही है, सिर्फ इको एक मंग नू लेके एसएसटी पंजाबी हिंदी दी पोस्टां दे इश्तिहार, क्योंकि टीचर रिक्यूरमेंट दे विच हुण तक साडी कोई भी भर्ती नहीं करी गई। साडी इको एक मंग है एसएसटी पंजाबी हिंदी दी पोस्टां दी। इह मंग असीं वजिंदर सिंगला साबका मंत्री जी नू भी दस्सी सी, हुण प्रगट सिंह जी जदों दे दो महीने तो इह अहुदा संभाले सी उहनां नू भी बहुत चंगी तरह दस्सी होई है, पर साडा हल नहीं कीता जा रिहा। सिर्फ इक चेहरा बदलिया, चाहे मुख्यमंत्री बदल गए, सिक्ख्या मंत्री जी बदल गए, पर बेरोजगारा नाल सलूक उही कीता जा रहा। पहला असीं रोजगार लैण दे लई पटियाले जांदे सी, कैप्टन दे शहर दे विच उत्थे भी सानूं डंडे मारे जांदे सी, खिचा धुआं हुंदियां सी। अज जदों असीं वजिंदर सिंह मोरिंडे गए चन्नी जी दे शहर दे विच, उत्थे भी कांग्रेसी गुंडियां द्वारा साडे ते हमले कीते गए ने, टेंट पट पट के साडे सिर च मारे गए ने। अज जदों असीं अपने नवे सिक्ख्या मंत्री प्रगट सिंह जी दे गेट दे अगे आए आ, अज भी उही पुराना इतिहास दोहराया इन्हां ने, ਉਹੀ ਸਲੂਕ ਕੀਤਾ। ਸਾਡੇ ਕੋਈ ਰੋਜ਼ਗਾਰ ਦੀ ਗੱਲ ਨਹੀਂ ਸੁਣੀ ਜਾ ਰਹੀ, ਅੱਜ ਵੀ ਸਾਡੇ ਨਾਲ ਧੱਕਾ ਮੁੱਕੀ ਹੋਈ ਆ। ਮੇਲ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਛਾਤੀਆਂ 'ਚ ਡੰਡੇ ਤੱਕ ਮਾਰੇ ਗਏ ਨੇ, ਸਾਡੇ ਕੱਪੜੇ ਤੱਕ ਖਿੱਚੇ ਗਏ ਨੇ, ਸਾਡੇ ਲੱਤਾਂ ਤੱਕ ਮਾਰੀਆਂ ਗਈਆਂ ਨੇ, ਭੱਦੀ ਸ਼ਬਦਾਵਲੀ ਗਾਲੀਆਂ ਵੱਲ ਗਾਲੀ ਗਲੋਚ ਤੱਕ ਕੀਤਾ ਗਿਆ। ਕੋਈ ਫਰਕ ਨਹੀਂ ਹੈਗਾ, ਚਾਹੇ ਮੁੱਖ ਮੰਤਰੀ ਜੀ ਬਦਲ ਗਏ, ਸਿੱਖਿਆ ਮੰਤਰੀ ਜੀ ਬਦਲ ਗਏ, ਪਰ ਪੰਜਾਬ ਦੇ ਬੇਰੋਜ਼ਗਾਰ ਪੌਣੇ ਪੰਜ ਸਾਲ ਤੋਂ ਇੱਕ ਰੋਜ਼ਗਾਰ ਨੂੰ ਲੈ ਕੇ ਡਿਗਰੀਆਂ ਮਿਹਨਤ ਕਰ ਕਰਕੇ ਡਿਗਰੀਆਂ ਦਾ ਥੱਬਾ ਸਾਡੇ ਕੋਲ ਪਿਆ, ਪਰ ਪੰਜਾਬ ਦੇ ਬੇਰੋਜ਼ਗਾਰ ਸੜਕਾਂ ਤੇ ਹੀ ਰੁਲ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੂੰ ਜਿਹੜਾ ਹੈ ਕਿ ਲੇਡੀਜ਼ ਫੋਰਸ ਲਗਾਉਣੀ ਚਾਹੀਦੀ ਸੀਗੀ ਇੱਥੇ, ਜਿਹੜੀ ਕਿ ਉਹਨਾਂ ਨੇ ਮੇਲ ਫੋਰਸ ਲਗਾਈ ਆ ਕਿ ਜਿਹੜੀ ਲੇਡੀਜ਼ ਨਾਲ ਬੱਤ ਘੱਟ ਹੈ, ਤੁਸੀਂ ਖੁਦ ਵੀ ਦੇਖਿਆ ਹੋਏਗਾ, ਤੁਹਾਨੂੰ ਨਹੀਂ ਲੱਗਦਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਲੇਡੀਜ਼ ਫੋਰਸ ਦਾ ਵੀ ਜਿਹੜਾ ਇੱਥੇ ਬੰਦੋਬਸਤ ਕਰਨਾ ਚਾਹੀਦਾ ਸੀ ਪ੍ਰੋਪਰ ਤਰੀਕੇ ਨਾਲ ਕਿ ਜਿਹੜੀ ਲੇਡੀਜ਼ ਨਾਲ ਬੱਤ ਵਿੱਚ ਨਾ ਹੋਵੇ। ਇਹਨਾਂ ਨੂੰ ਪਤਾ ਸੀਗਾ ਕਿ ਜੇ ਅਧਿਆਪਕ ਆ ਰਹੇ ਨੇ ਵਿੱਚ ਲੇਡੀਜ਼ ਵੀ ਨੇ ਜੈਂਟਸ ਵੀ ਨੇ, ਤੇ ਇਹਨਾਂ ਨੂੰ ਲੇਡੀਜ਼ ਪੁਲਿਸ ਦਾ ਵੀ ਪ੍ਰੋਪਰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਸੀ। ਬਿਲਕੁਲ ਚਾਹੀਦਾ ਸੀ ਜੀ। ਦੇਖੋ ਇਹ ਉਹ ਸਰਕਾਰ ਹੈ ਜਿੱਥੇ ਇੱਕ ਅਸੀਂ ਕਹਾਵਤ ਹੁੰਦੀ ਹੈ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਪਰ ਇੱਥੇ ਜਿਵੇਂ ਇਹਨਾਂ ਦੇ ਘਰਾਂ 'ਚ ਕੋਈ ਮਾਂ ਭੈਣ ਹੁੰਦੀ ਹੋਣੀ, ਕੋਈ ਇਹਨਾਂ ਦੇ ਘਰਾਂ 'ਚ ਹੈ ਨਹੀਂ, ਇਹ ਇੱਦਾਂ ਹੀ ਸਾਡੇ ਇੱਥੇ ਮੇਲ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਚੁੰਨੀਆਂ ਖਿੱਚ ਲੈਂਦੇ ਨੇ, ਇੱਦਾਂ ਹੀ ਗਾਲੀ ਗਲੋਚ ਕਰੀ ਜਾਂਦੀ ਹੈ, ਸਾਡੇ ਲੱਤਾਂ ਤੱਕ ਮਾਰੇ ਜਾਂਦੇ ਨੇ, ਡੰਡੇ ਤੱਕ ਮਾਰੇ ਜਾਂਦੇ ਨੇ। ਇਹ ਕਾਂਗਰਸ ਸਰਕਾਰ ਹੈ ਜਿਨ੍ਹਾਂ ਨੇ ਪੌਣੇ ਪੰਜ ਸਾਲ ਤੋਂ ਪੰਜਾਬ ਦੇ ਬੇਰੋਜ਼ਗਾਰਾਂ ਦਾ ਖੂਨ ਚੂਸ ਰੱਖਿਆ। ਅਸੀਂ ਅੱਗੇ ਰਹਿ ਗਏ ਸੜਕਾਂ ਦੇ ਫਿਰ ਫਿਰ ਕੇ, ਸਾਡੀਆਂ ਡਿਗਰੀਆਂ ਇੰਨੀ ਮਿਹਨਤ ਨਾਲ ਕਰੀਆਂ ਹੋਈਆਂ, ਕੋਈ ਮੁੱਲ ਨਹੀਂ ਪੈ ਰਿਹਾ, ਪਰ ਇਹ ਜਿਹੜਾ ਲੇਡੀ ਪੁਲਿਸ ਕਾਂਸਟੇਬਲ ਇਹ ਕਿਤੇ ਵੀ ਨਹੀਂ ਲਗਾਉਂਦੇ, ਕਾਂਗਰਸ ਸਰਕਾਰ ਕਿਤੇ ਵੀ ਨਹੀਂ ਲਗਾਉਂਦੀ। ਅਸੀਂ ਮੋਰਿੰਡੇ ਜਾਂਦੇ ਉੱਥੇ ਵੀ ਮੇਲ ਪੁਲਿਸ ਪ੍ਰਸ਼ਾਸਨ ਦੇ ਮੂੰਹਾਂ ਦੇ ਵਿੱਚ ਬੀੜੀਆਂ ਹੁੰਦੀਆਂ ਨੇ, ਬੀੜੀਆਂ ਪਾ ਪਾ ਕੇ ਉਹ ਸਾਨੂੰ ਗਾਲਾਂ ਕੱਟ ਰਹੇ ਹੁੰਦੇ ਨੇ, ਤੇ ਲੇਡੀ ਪੁਲਿਸ ਕਿਤੇ ਵੀ ਨਹੀਂ ਹੁੰਦੀ। ਅਸੀਂ ਖੁਦ ਲਾਸਟ ਟਾਈਮ ਮੈਨੂੰ ਯਾਦ ਹੈ ਅਸੀਂ ਖੁਦ ਕਹਿ ਕੇ ਇੱਕ ਲੇਡੀ ਕਾਂਸਟੇਬਲ ਮੰਗਵਾਇਆ ਸੀ ਉੱਥੇ, ਜਦੋਂ ਅਸੀਂ ਰਾਜੇ ਦੇ ਮਹਿਲਾਂ ਤੱਕ ਜਾਂਦੇ ਸੀ ਉੱਥੇ ਵੀ ਲੇਡੀ ਕਾਂਸਟੇਬਲ ਨਹੀਂ ਸੀ, ਉੱਥੇ ਵੀ ਮੇਲੇ ਸੀ। ਇਹ ਇਹੋ ਜਿਹੀ ਕਾਂਗਰਸ ਸਰਕਾਰ ਹੈ ਜਿਨ੍ਹਾਂ ਨੇ ਪੌਣੇ ਪੰਜ ਸਾਲ ਤੋਂ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਸਿਰਫ ਡੰਡੇ ਦਿੱਤੇ ਨੇ, ਚੁੰਨੀਆਂ ਲਾਈਆਂ ਨੇ, ਬਾਲ ਪੱਟੇ ਨੇ, ਸਾਡੇ ਲੱਤਾਂ ਮਾਰੀਆਂ ਨੇ, ਜੇਲ੍ਹਾਂ ਠਾਣੇ ਝੂਠੇ ਪਰਚੇ ਤੱਕ ਸਾਡੇ ਤੇ ਖੜੇ ਹੋਏ ਨੇ, ਪਰ ਅਸੀਂ ਹਿਸਾਬ ਦੇਵਾਂਗੇ ਆਉਣ ਵਾਲੀਆਂ ਚੋਣਾਂ ਦੇ।